ਇਸ ਇਤਿਹਾਸਿਕ ਸਥਾਨ 'ਤੇ ਬਾਬਾ ਜੁਝਾਰ ਸਿੰਘ ਜੀ, ਬਾਬਾ ਅਜੀਤ ਸਿੰਘ ਜੀ ਅਤੇ ਤਿੰਨ ਪੰਜ ਪਿਆਰਿਆਂ 'ਚੋਂ ਤਿੰਨ ਪਿਆਰੇ ਜੋ ਸ਼ਹੀਦ ਹੋਏ ਨੇ ਸਾਡੇ ਸਿੱਖ ਧਰਮ ਦੇ, ਉਸ ਸਥਾਨ 'ਤੇ ਰਾਤ ਗੁਜ਼ਾਰੀ ਅਤੇ 40 ਸਿੰਘ ਸ਼ਹੀਦ ਹੋਏ ਸੀ ਅਤੇ ਇਸ ਸਥਾਨ 'ਤੇ ਉਹਨਾਂ ਦਾ ਵਿਆਹ ਸੰਸਕਾਰ ਕੀਤਾ ਗਿਆ ਸੀਗਾ। ਗੁਰਦੁਆਰਾ ਸਾਹਿਬ ਦਾ ਨਾਮ ਕਤਲਗੜ੍ਹ ਸਾਹਿਬ ਹੈ ਅਤੇ ਦਰਸ਼ਨ ਇਸ਼ਨਾਨ ਕਰਕੇ ਹੁਣ ਅੱਗੇ ਵਧਣ ਲੱਗੇ ਅਤੇ ਰਾਤ ਇੱਥੇ ਗੁਜ਼ਾਰੀ ਸੀ। ਆਸ ਨਿਕਲ ਫਲ ਲਿਆ, ਇੱਥੇ ਮੈਂ ਵਿਛਾ ਲਿਆ ਸੀਗਾ ਆਪਦਾ ਸੈਸ ਪਾਤਰ ਅਤੇ ਕਿਸੇ ਨੂੰ ਲੋੜ ਸੀਗੀ, ਲਾਲ ਜਿਹੀਆਂ ਚੱਪਲਾਂ ਲਈਆਂ ਸੀਗੀਆਂ ਮੈਂ ਉੱਧਰ ਪੈਨਾ ਮੈਕਾਲੀ ਸਾਈਡ ਤੋਂ, ਅਤੇ ਉਹ ਕਿਸੇ ਨੂੰ ਲੋੜ ਸੀ ਉਹ ਲੈ ਗਿਆ ਸੁੱਤੇ ਪਏ ਤੁਸੀਂ ਬਾਬਾ ਕੋਈ ਖੂਨ ਨਾ ਲੈ ਗਿਆ ਕੋਈ ਨਹੀਂ, ਬਲੌਗ ਬੰਦ ਹੋ ਜਾਣੇ ਸੀਗੇ। ਚਲੋ ਧੰਨਵਾਦ ਵੀਰ ਦਾ ਜੀ ਨੇ ਚੱਪਲਾਂ ਤੱਕ ਹੀ ਜਿੰਨੀ ਕੁ ਲੋੜ ਸੀ ਉਨੀ ਕੁ ਸਕਸ਼ਮ ਰੱਖਿਆ ਆਪਦੇ ਆਪ ਨੂੰ। ਚਲੋ ਹੁਣ ਅੱਗੇ ਵੱਧਦੇ ਹੈਗੇ ਗੜੀ ਸਾਹਿਬ ਗੁਰਦੁਆਰਾ ਵੱਲ। ਅਤੇ ਗੁਰਦੁਆਰਾ ਗੜੀ ਸਾਹਿਬ ਨੂੰ ਪੁਰਾਣੀ ਦਿੱਖ ਕਿਲੇ ਦੀ ਦਿੱਤੀ ਜਾ ਰਹੀ ਹੈਗੀ, ਇਹਦਾ ਸੇਵਾ ਦਾ ਕੰਮ ਚੱਲ ਰਿਹਾ ਹੈਗਾ। ਕੱਚੀ ਗੜੀ ਸਾਹਿਬ ਇੱਕ ਛੋਟੀ ਹਵੇਲੀ ਨੂੰ ਗੜੀ ਦਾ ਰੂਪ ਧਾਰਨ ਕਰਕੇ ਕਿਲਾਬੰਦੀ ਕਰਕੇ ਹਜ਼ਾਰਾਂ ਮੁਗਲਾਂ ਨਾਲ ਇਸ ਸਥਾਨ 'ਤੇ ਦਸਮ ਪਿਤਾ ਜੀ ਨੇ ਯੁੱਧ ਲੜਿਆ ਅਤੇ ਦੋ ਸਾਹਿਬਜ਼ਾਦੇ ਅਤੇ ਪੰਜ ਪਿਆਰੇ ਵਿੱਚੋਂ ਤਿੰਨ ਸ਼ਹੀਦ ਹੋ ਗਏ ਸਨ ਇਸ ਸਥਾਨ 'ਤੇ। ਅਤੇ ਮੁਗਲ ਫੌਜਾਂ ਫਿਰ ਵੀ ਇਸ ਗੜੀ ਨੂੰ ਨਾ ਜਿੱਤ ਸਕੀਆਂ। ਸ਼ਹੀਦ ਭਾਈ ਮਦਨ ਸਿੰਘ, ਭਾਈ ਕਾਠਾ ਸਿੰਘ ਗੇਟ ਹੈਗਾ ਸ਼ਹੀਦਾਂ ਦੇ ਨਾਮ। ਅਤੇ ਗੜੀ ਸਾਹਿਬ ਤੋਂ ਹੁਣ ਅੱਗੇ ਵੱਧਦੇ ਜਾ ਰਹੇ ਹੈਗੇ ਅਤੇ ਦੋ ਇਤਿਹਾਸਿਕ ਸਥਾਨ ਗੁਰਧਾਮ ਦੇਖ ਕੇ ਅੱਗੇ ਚਾਲੇ ਪਾਲੇ ਹੈਗੇ ਫਤਿਹਗੜ੍ਹ ਸਾਹਿਬ ਨੂੰ। ਅਤੇ ਚਮਕੌਰ ਸਾਹਿਬ ਤੋਂ ਅੱਗੇ ਲੰਘਦੇ ਹੋਏ ਮਰਿੰਡਾ ਵਾਲੇ ਰਾਹ 'ਤੇ ਬੁੰਗਾ ਸਾਹਿਬ ਗੁਰਦੁਆਰਾ ਹੈਗਾ, ਦਰਸ਼ਨਿਕ ਸਥਾਨ ਹੈਗਾ। ਅਤੇ ਥੋੜ੍ਹਾ ਜਿਹਾ ਆਪਾਂ ਨਮਸਤਕ ਕਰਕੇ ਅੱਗੇ ਵੱਧ ਚੱਲੇ ਹੈਗੇ ਅਤੇ ਚਲੋ ਮਾਜਰੀ ਵਿੱਚ ਲੰਘਦੇ ਹੋਏ ਸਾਹਮਣੇ ਹਜੇ ਝੋਨਾ ਲੱਗ ਰਿਹਾ ਹੈਗਾ ਕਿਉਂਕਿ ਪਾਣੀ ਦੇ ਹੀ ਕਾਰਨ ਪਾਣੀ ਆ ਗਿਆ ਸੀ ਨਾ ਇਹਨਾਂ ਇਲਾਕਿਆਂ 'ਚ। ਖੰਡ ਪਿੰਡ ਲੰਘ ਚੱਲੇ ਹੈਗੇ, ਸ਼ਬਦ ਤੋਂ ਪਾਰ ਵਾਲਿਆ ਹੋ ਜਾਂਦਾ ਹੈਗਾ ਸੀਨ ਇਹ ਵੀ ਜਿਹੜੀ ਦਿੱਖ ਹੈਗੀ। ਕੀ ਹਾਲ ਹੈ ਅਤੇ ਉੱਚਾ ਪਿੰਡ ਸਗੋਲ ਅੱਗੇ ਹੈਗਾ ਅਤੇ ਇਹ ਆ ਜੀ ਪੋਲੋ ਮਾਜਰਾ। ਮੇਨ ਰੋਡ ਤੋਂ ਸਾਈਡ 'ਤੇ ਆ ਸਾਰੇ ਜਿਹੜਾ ਏਰੀਆ ਹੈਗਾ ਹੜੱਪਾ ਮਹਿਜੋਦੜੋ ਸਭਿਅਤਾ ਦੇ
ਨਾਲ ਸੰਬੰਧਿਤ ਰੱਖਦਾ ਹੈ ਇਲਾਕਾ ਹੈਗਾ, ਤਾਂ ਹੀ ਮੈਂ ਇੱਧਰਲੇ ਪਾਸੇ ਆਇਆ ਸੀਗਾ। ਸੰਘੋਲ 'ਚ ਹੈਗਾ ਉੱਚਾ ਪਿੰਡ ਆ, ਅਤੇ ਇਹ ਸਥਾਨ ਵੀਰੋ ਜਿਹੜਾ ਆਪਣਾ ਬੁੱਧ ਧਰਮ ਜਾਂ ਮਹਿਜੋਦੜੋ ਮੈਸਾਪਟਾਮੀਆ ਹੜੱਪਾ ਸੱਭਿਅਤਾ ਨਾਲ ਸੰਬੰਧ ਰੱਖਦਾ ਹੈਗਾ। ਆਰਕੋਲੋਜੀਕਲ ਡਿਪਾਰਟਮੈਂਟ ਨਾਲ ਸੰਬੰਧ ਰੱਖਦਾ ਹੈ। ਖੋਜਾਂ ਨੇ ਫਰੀਦਕੋਟ ਟੂ ਲੇਹ ਲੱਦਾਖ ਤੋਂ ਵਾਪਸ ਆਇਆ ਬਾਈ, ਅੱਜ ਕਰ ਰਿਹਾ ਯਾਤਰਾ ਆਪਣੇ ਉੱਚੇ ਪਿੰਡ ਸੰਘੋਲ ਦੀ। ਵੈਸੇ ਤਾਂ ਮੈਨੂੰ ਪਤਾ ਨਹੀਂ ਗਾ ਐਂਟਰੀ ਕਿਹੜੇ ਪਾਸਿਓਂ ਹੈਗੀ ਸਹੀ, ਪਰ ਰਸਤਾ ਇੱਧਰੋਂ ਸੀ ਤਾਂ ਇੱਧਰੋਂ ਹੀ ਮੈਂ ਵੜ ਚੱਲਿਆ। ਚੱਕਰਾ ਆਧਾਰ 'ਚ ਸਤੂਪ ਅਤੇ ਬਹੁਤ ਸ਼ਾਨਦਾਰ ਨਮੂਨਾ, 2200 ਸਾਲ ਪੁਰਾਣਾ ਇਤਿਹਾਸਿਕ ਅਤੇ ਇਸ ਸਥਾਨ ਤੋਂ ਜੋ ਕਿ ਉੱਚਾ ਪਿੰਡ ਸੰਘੋਲ ਵਿੱਚ ਸਥਾਪਿਤ ਹੈ, ਮੱਧ ਏਸ਼ੀਆ ਨਾਲ ਸੰਬੰਧਿਤ ਤੋਰਮਾਨਾ ਅਤੇ ਮਹਿਰਕੁਲਾ ਨਾਲ ਸੰਬੰਧਿਤ ਸਿੱਕੇ ਮੋਹਰਾਂ ਮਿਲੀਆਂ ਹਨ। ਪੁਰਾਤੱਤਵ ਵਿਭਾਗ ਪੰਜਾਬ ਦੇ ਮਾਹਿਰਾਂ ਦੁਆਰਾ ਖੁਦਾਈ ਦੌਰਾਨ 69 ਥੰਮ, 35 ਕਰਾਸਬਾਰ, ਚਿੱਤਰ ਮੂਰਤੀਆਂ ਸ਼ਾਮਲ ਹਨ। 117 ਸੁੰਦਰ ਉੱਕਰੀਆਂ ਪੱਥਰ ਦੀਆਂ ਸਲੈਬਾਂ ਦਾ ਇੱਕ ਅਮੀਰ ਖਜ਼ਾਨਾ ਪੰਜਾਬ ਦੇ ਪੁਰਾਤੱਤਵ ਵਿਭਾਗ ਦੁਆਰਾ ਖੋਜਿਆ ਗਿਆ। ਮੈਨੂੰ ਜ਼ਿਆਦਾ ਜਾਣਕਾਰੀ ਤਾਂ ਹੈ ਨਹੀਂ ਗੀ, ਇਤਿਹਾਸ ਬਾਰੇ ਭੁੱਲ ਜਾਈਦਾ ਗਾ। ਅਤੇ ਕੁਛ ਕੁ ਨਵਾਂ ਨਹੀਂ ਮਤਲਬ ਕਿ ਸਾਰਾ ਇਹ ਖੋਜਿਆ ਹੋਇਆ ਇਲਾਕਾ ਹੀ ਹੈਗਾ ਇਤਿਹਾਸਕਾਰਾਂ ਦੁਆਰਾ ਜਾਂ ਸ਼ੋਧਕਰਤਾ ਦੁਆਰਾ, ਵੀ ਭਾਈ ਕਿੱਥੇ ਕਿੱਥੇ ਹੜੱਪਾ ਮਹਿਜੋਦੜੋ ਅਤੇ ਬੁੱਧ ਧਰਮ ਨਾਲ ਸੰਬੰਧ ਰੱਖਦੇ ਪੁਰਾਣੇ ਜਿਹੜੇ ਅੱਜ ਤੋਂ ਸਦੀਆਂ ਸਾਲ ਪੁਰਾਣੀਆਂ ਇਮਾਰਤਾਂ, ਉਹਨਾਂ 'ਚੋਂ ਇੱਕ ਨੇ ਇਹ। ਫਿਰ ਜਿਵੇਂ ਵਿਚਾਲੇ ਮੱਠ ਸਤੂਪਾ ਜਾਂ ਧਾਰਮਿਕ ਮੂਰਤੀ ਦੀ ਪੂਜਾ ਹੁੰਦੀ ਹੋਵੇ, ਅਤੇ ਸਾਈਡਾਂ 'ਤੇ ਗੋਲ ਚੱਕਰ ਹੈਗਾ, ਬਾਹਰ ਨੂੰ ਜਾਂਦੀਆਂ ਕੰਧਾਂ ਦਰਸਾਉਂਦੀਆਂ ਨੇ ਆਪਦਾ ਅਲੱਗ। ਇਹ ਸਤੂਪਾ 22-23-24 ਦੀ ਸੰਖਿਆ ਵਿੱਚ ਨੇ, ਜਿਹੜੀ ਬਹੁਤ ਵੱਡੀ ਆਕਿਰਤੀ ਦਾ ਸਬੂਤ ਦਿੰਦੇ ਨੇ ਵੀ ਇਹ ਬਹੁਤ ਗਣਤਗਿਆ ਵਿਗਿਆਨ ਨੂੰ ਦਰਸਾਉਂਦਾ ਹੈ। ਸਤੂਪੇ ਬਹੁਤ ਵਿਅੰਗਮਈ ਅਤੇ ਸੰਦੇਹ ਪ੍ਰਗਟ ਕਰਦੇ ਨੇ ਵੀ ਭਾਈ ਵੀ ਉਸ ਸਮੇਂ 2200-2300 ਸਾਲ ਪਹਿਲਾਂ ਵੀ ਗਣਿਤ ਨੂੰ ਲੋਕ ਜਾਣਦੇ ਸੀ ਅਤੇ ਉਸ ਹਿਸਾਬ ਕਿਤਾਬ ਨਾਲ ਢਾਂਚਾ ਤਿਆਰ ਕਰਦੇ ਸੀ ਜਾਂ ਆਰਕੀਟੈਕ ਨੂੰ ਬਹੁਤ ਵੱਡੇ ਪੱਧਰ 'ਤੇ ਸਮਝ ਸੀ ਲੋਕਾਂ ਨੂੰ 2200 ਸਾਲ ਜਾਂ ਇਸ ਤੋਂ ਵੀ ਪਹਿਲਾਂ ਦੇ ਲੋਕਾਂ ਨੂੰ। ਅਤੇ ਇੱਟਾਂ ਦਾ ਨਮੂਨਾ
ਵੱਡੀਆਂ ਅਤੇ ਮਜ਼ਬੂਤ ਇੱਟਾਂ, ਜਿਵੇਂ ਹੁਣ ਭੱਠੇ 'ਤੇ ਵੀ ਇੱਟਾਂ ਨਿਕਲਦੀਆਂ ਨੇ, ਛੋਟੀਆਂ ਹੁੰਦੀਆਂ ਨੇ, ਦੇਖੋ ਪੂਰੀਆਂ ਵੱਡੀਆਂ ਇੱਟਾਂ ਨੇ। ਸਾ 8 ਇੰਚ ਚੌੜੀ ਇੱਟ ਹੈਗੀ ਟੈਲ ਰੂਪੀ, ਮਜ਼ਬੂਤ ਆ, ਜਿਹੜੀ ਇੰਨੇ ਸਾਲਾਂ ਤੋਂ ਹਜੇ ਵੀ ਆਪਦਾ ਰੁਤਬਾ ਕਾਇਮ ਰੱਖਿਆ ਹੋਇਆ ਗਾ। ਸਾਈਡਾਂ 'ਤੇ ਵੀ ਹੈ ਮੋਹਰੇ ਜਾਂ ਉਹ ਹੈਗੇ ਨੇ, ਜਿਵੇਂ ਵਿੱਚ ਕੁਛ ਰੱਖਿਆ ਜਾਂਦਾ ਹੋਵੇ, ਸਾਰਾ ਇਤਿਹਾਸੀ ਜਾਂ ਬਹੁਤ ਪੁਰਾਣਾ ਇਤਿਹਾਸ ਹੈ ਇਸ ਇਲਾਕੇ ਦਾ। ਸੰਘੋਲ ਉੱਚਾ ਪਿੰਡ ਕਰਕੇ ਸਥਾਨ ਹੈਗਾ। ਜਿਵੇਂ ਪਾਠਸ਼ਾਲਾ ਜਾਂ ਸਤੂਪਾ ਜਾਂ ਧਾਰਮਿਕ ਸਥਲ ਹੁੰਦਾ ਗਾ। ਇਹ ਇਲਾਕੇ ਦਾ ਜਿਹੜਾ ਗਾ ਉਹ ਲੱਗਦਾ ਗਾ ਭਾਈ ਬਹੁਤ ਚੌੜਾ, ਜਿਵੇਂ ਕੌਲਾ ਕੌਲਾ ਕਹਿ ਦਿੰਦੇ ਪੰਜਾਬੀ 'ਚ ਆਪਾਂ। ਇੰਨੇ ਇੰਨੇ ਚੌੜੇ ਪਿੱਲਰ ਸੀਗੇ ਪਹਿਲਾਂ ਦੇ, ਅਤੇ ਇਲਾਕਾ ਗਾ ਸਾਈਡ ਤੋਂ ਐਂ ਆਉਂਦੀ ਦਾ ਗਾ। ਪੂਜਾ ਸਥਲ ਜਾਂ ਕੋਈ ਕਮਰਾ ਲੱਗਦਾ ਗਾ ਪੂਰਾ ਵੱਡਾ ਹੈ, ਪਰ ਹੁਣ ਤਾਂ ਨੀਵਾਂ ਹੀ ਨੀ ਦਿੰਦੀ ਹੈਗੀ ਇਸ ਇਲਾਕੇ ਦੀ, ਪਰ ਫਿਰ ਵੀ ਬਹੁਤ ਸਲਾਹ ਇਤਿਹਾਸੀ ਅਤੇ ਇੰਨੇ ਟਾਈਮ ਦਾ ਬਚਿਆ ਹੋਇਆ ਗਾ। ਅਤੇ ਜਿਹੜਾ ਬਾਕੀ ਸਮਾਨ ਲੱਭਿਆ ਸੀਗਾ ਮਿਲਿਆ ਸੀਗਾ ਉਹ ਆਰਕੋਲੋਜੀਕਲ ਡਿਪਾਰਟਮੈਂਟ ਨੇ ਮਿਊਜ਼ੀਅਮ 'ਚ ਲਾਤਾ ਗਾ। ਮੇਨ ਇਕੱਲੀ ਖੰਡਰ ਅਤੇ ਦੀਵਾਰਾਂ ਜਿਹੜੀਆਂ ਅਸਤਿਤਵ ਕਾਇਮ ਰੱਖੀ ਬੈਠੀਆਂ ਨੇ, 2200 ਤੋਂ ਵੀ ਪੁਰਾਣੇ ਸਮੇਂ ਦਾ ਇਤਿਹਾਸ ਉਹ ਬਿਆਨ ਕਰ, ਬਹੁਤ ਪੁਰਾਣੀ ਕੰਧ ਇਹੋ ਜਿਹੀਆਂ ਤਰੀਕੇ ਨਾਲ ਕੱਢੀ ਜਾਂਦੀ ਸੀਗੀ। ਬਾਈ 2300 ਸਾਲ ਪੁਰਾਣਾ ਸਤੂਪਾ ਜੋ ਸੰਘੋਲ ਵਿਖੇ ਉੱਚਾ ਪਿੰਡ 'ਚ ਹੈਗਾ, ਉਹ ਤੋਂ ਹੁਣ ਅੱਗੇ ਵੱਧ ਦਿਆਂਗੇ ਫਤਿਹਗੜ੍ਹ ਸਾਹਿਬ ਵੱਲ। ਅਤੇ ਜਿਵੇਂ ਆਪਾਂ ਲੱਦਾਖ 'ਚ ਵੀ ਸਤੂਪਾ ਵੇਖਦੇ ਸੀਗੇ ਉਵੇਂ ਧਾਰਮਿਕ ਸਥਲ ਰਿਹਾ ਹੈਗਾ ਬਹੁਤ ਸਮੇਂ ਪਹਿਲਾਂ ਦਾ। ਅਤੇ ਹੁਣ ਆਪਾਂ ਅੱਗੇ ਵੱਧ ਦਿਆਂਗੇ, ਇੱਥੇ ਲਿਖਿਆ ਵੀ ਹੋਇਆ ਹੈਗਾ ਜੋ ਜੋ ਵਸਤਾਂ ਇੱਥੋਂ ਪ੍ਰਾਪਤ ਹੋਈਆਂ ਆਰਕੋਲੋਜੀਕਲ ਡਿਪਾਰਟਮੈਂਟ ਨੂੰ ਉਹ ਮਿਊਜ਼ੀਅਮ ਵਿੱਚ ਹਨ। ਅਤੇ ਸਤੂਪਾ ਜਿਹੜੇ ਬਣੇ ਹੋਏ ਨੇ ਇਹਨਾਂ ਦਾ ਅਲੱਗ ਅਲੱਗ 24-25 ਜਾਂ ਸੰਖਿਆ ਗੀ ਉਹ ਗਿਣਤੀ ਕਰਕੇ ਲਿਖ ਦਿਆਂਗੇ। ਅਤੇ ਇਤਿਹਾਸਿਕ ਸਥਾਨ ਹੈਗਾ। ਚਲੋ ਹੁਣ ਵੱਧਦੇ ਅੱਗੇ ਸੰਘੋਲ ਤੋਂ ਫਤਿਹਗੜ੍ਹ ਸਾਹਿਬ ਵੱਲ। ਅਤੇ ਬਾਈਆਂ ਨੂੰ ਇੰਨੀ ਇਜਾਜ਼ਤ, ਵਧੀਆ ਲੱਗਿਆ ਬਾਈਆਂ ਨਾਲ ਮਿਲ ਕੇ। ਅਤੇ ਇਹਨਾਂ ਇਲਾਕਿਆਂ 'ਚ ਕੁਛ ਦਿਨ ਪਹਿਲਾਂ ਪਾਣੀ ਹੜ੍ਹ ਕਾਰਨ ਆ ਗਿਆ ਸੀਗਾ, ਅਤੇ ਹਾਲੇ ਵੀ ਇਹ ਇਲਾਕੇ ਜਿਹੜੇ ਨੀਵੇਂ ਵਾਹਣ ਨੇ ਉਹ ਪਾਣੀ ਦੀ ਮਾਰ 'ਚ ਨੇ, ਝੋਨਾ ਹੋਇਆ ਨਹੀਂ ਦੁਬਾਰੇ, ਕੁਛ ਲੱਗ ਰਿਹਾ ਕੁਛ
ਵਧਣੇ ਪੈ ਚੱਲਿਆ ਲਾ ਕੇ। 15-20 ਦਿਨ ਪਹਿਲਾਂ ਬਹੁਤ ਮਾੜਾ ਹਾਲ ਸੀਗਾ ਪੰਜਾਬ ਦਾ, ਹੁਣ ਹੌਲੀ ਹੌਲੀ ਫਿਰ ਸੁਧਾਰ ਵੱਲ ਵੱਧ ਰਿਹਾ ਗਾ। ਹਾਲੇ ਵੀ ਪਾਣੀ ਹੈਗਾ ਗਾ ਇਲਾਕਿਆਂ 'ਚ, ਮਤਲਬ ਕਿ ਊਂ ਕੰਟਰੋਲ ਹੈਗਾ। ਪਿੰਡ ਧੁੰਦਾ ਤੋਂ ਬਾਅਦ ਬੱਸੀ ਪਠਾਣਾ ਦੀ ਹੱਦ ਸ਼ੁਰੂ ਹੋ ਜਾਂਦੀ ਆ। ਹਾਜੀਪੁਰ ਪਹੁੰਚ ਚੁੱਕੇ ਹਾਂ ਜੀ, ਅਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਵੜ ਚੁੱਕੇ ਜੀ। ਤੋਂ ਬਾਅਦ ਜਾਣਾ ਪਟਿਆਲਾ, ਨਹਿਰ ਤੋਂ ਟੱਪ ਕੇ ਸੱਜੇ ਹੱਥ ਨੂੰ ਮੁੜ ਕੇ ਬੱਸੀ ਪਠਾਣਾ ਆ ਜਾਂਦਾ ਗਾ, ਅਤੇ ਹੁਣ ਇੱਥੋਂ 6 ਕਿਲੋਮੀਟਰ ਰਹਿ ਚੁੱਕਿਆ ਗਾ ਫਤਿਹਗੜ੍ਹ ਸਾਹਿਬ, ਅਤੇ ਇੱਥੇ ਰੋਕੇ ਸੀ, ਥੋੜ੍ਹਾ ਜਿਹਾ ਮੀਂਹ ਪੈਣ ਲੱਗ ਗਿਆ ਸੀਗਾ, ਹੁਣ ਫਿਰ ਮੱਠਾ ਹੋ ਗਿਆ ਮੀਂਹ ਅਤੇ ਅੱਗੇ ਚੱਲ ਪਏ ਹੈਗੇ। ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਚੈਰੀਟੇਬਲ ਟਰੱਸਟ, ਰੋਜ਼ਾ ਸ਼ਰੀਫ, ਸਰਹਿੰਦ, ਪੰਜਾਬ, ਇੰਡੀਆ। ਗੁਰਦੁਆਰਾ ਸ਼੍ਰੀ ਰੱਥ ਸਾਹਿਬ, ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਬੰਦੀ ਬਣਾ ਕੇ ਲਿਆਂਦਾ ਜਾ ਰਿਹਾ ਸੀ ਅਤੇ ਇਸ ਸਥਾਨ 'ਤੇ ਰੱਥ ਨੂੰ ਰੋਕਿਆ ਗਿਆ ਸੀ, ਅਤੇ ਬਾਅਦ ਵਿੱਚ ਸੈਂਕੜੇ ਲੋਕ ਸਥਾਨਕ ਲੋਕ ਦਰਸ਼ਨ ਕਰਨ ਲਈ ਆਏ ਸਨ, ਅਤੇ ਇਸ ਲਈ ਨਾਮ ਵਜੋਂ ਰੱਥ ਸਾਹਿਬ ਗੁਰਦੁਆਰੇ ਦਾ ਨਾਮ ਰੱਖਿਆ ਗਿਆ। ਅਤੇ ਸਾਹਮਣੇ ਦਿਖ ਰਿਹਾ ਗੁਰਦੁਆਰਾ ਸਰਹਿੰਦ,